ਹਾਂ ਬੇ ਕੀ ਕਹਿੰਦਾ ਤੁਸੀਂ ਮੈਨੂੰ? ਹੈਂ ਭਾਬੀ ਦਾ ਮੂੰਹ ਚੱਪਣ ਕੱਦੂ ਵਰਗਾ, ਚੱਪਣ ਕੱਦੂ ਵਰਗਾ, ਭਾਬੀ ਦੀਆਂ ਗੱਲਾਂ ਨਹੀਂ ਦਿੰਦੀਆਂ ਗੀਆਂ, ਹੈਂ ਗੋਲ ਗੱਪਿਆਂ ਵਰਗੀਆਂ, ਚੱਕਰ ਡੰਡ ਫੜੀ ਆਦੀ ਸਾਰੀ ਵਰਸੀ ਕਰਨ ਗਈ ਸੀ, ਖੜ ਕੇ ਲਿਆਂਦਾ ਚਿੜੀ ਛਿੱਕਾ, ਹਾਏ ਮੇਰਾ ਮੀਕਾ, ਹਾਏ ਮੇਰਾ ਮੀਕਾ, ਆਈ ਲਵ ਯੂ ਮੀਕੇ ਹੋਏ, ਆ ਚੱਕ ਚੁੰਮਾ, ਪਤਾ ਨਹੀਂ ਵੀਰਵਾਰ ਹੈ ਕਿ ਜੁਮਾ, ਅੱਜ ਹੈ ਤਾਂ ਜੁਮਾ, ਲੈ ਲਾ ਭਾਬੀ ਦਾ ਚੁੰਮਾ, ਠੈਂਕ ਯੂ ਰਣਜੀਤ ਕੌਰ ਭਾਬੀ ਵੱਲੋਂ। ਭਾਬੀ ਗਈ ਸੀ ਦੁਕਾਨ 'ਤੇ, ਉੱਥੋਂ ਲਿਆਂਦਾ ਖੰਡ ਦਾ ਬੋਰਾ, ਹਾਏ ਮੇਰਾ ਗੋਰਾ, ਹਾਏ ਮੇਰਾ ਗੋਰਾ, ਆਈ ਲਵ ਯੂ ਗੋਰੇ ਹੋਏ, ਆ ਚੱਕ ਡੌਲਾ ਅਤੇ ਆ ਚੱਕ ਪੱਟ। ਭਾਬੀ ਰਣਜੀਤ ਕੌਰ ਨੇ ਕਿਸੇ ਨਾਲ ਵੀ ਘੱਟ ਕਹੀਆਂ ਅਤੇ ਭਾਬੀ ਕੱਢਦੀ ਆ ਵੱਟ। ਭਾਬੀ ਗਈ ਸੁਨਿਆਰੀ ਦੀ ਦੁਕਾਨ 'ਤੇ, ਉੱਥੋਂ ਲਿਆਂਦਾ ਟਿੱਕਾ, ਹਾਏ ਮੇਰਾ ਨਿੱਕਾ, ਹਾਏ ਮੇਰਾ ਨਿੱਕਾ, ਆਈ ਲਵ ਯੂ ਨਿੱਕੇ ਹੋਏ, ਆ ਚੱਕ ਚੁੰਮਾ, ਪਤਾ ਨਹੀਂ ਵੀਰਵਾਰ ਹੈ ਕਿ ਜੁਮਾ, ਅੱਜ ਹੈ ਤਾਂ ਜੁਮਾ, ਲੈ ਲਾ ਭਾਬੀ ਦਾ ਚੁੰਮਾ, ਠੈਂਕ ਯੂ ਰਣਜੀਤ ਕੌਰ ਭਾਬੀ ਵੱਲੋਂ। ਭਾਬੀ ਦਾ ਆਪਣਾ ਸ਼ਹਿਰ ਹੈਗਾ ਮੋਗਾ, ਹਾਏ ਮੇਰਾ ਗੋਗਾ, ਹਾਏ ਮੇਰਾ ਗੋਗਾ, ਆਈ ਲਵ ਯੂ ਗੋਗੇ ਹੋਏ, ਆ ਚੱਕ ਚੁੰਮਾ, ਪਤਾ ਨਹੀਂ ਵੀਰਵਾਰ ਹੈ ਕਿ ਜੁਮਾ, ਅੱਜ ਹੈ ਤਾਂ ਜੁਮਾ, ਲੈ ਲਾ ਭਾਬੀ ਦਾ ਚੁੰਮਾ, ਠੈਂਕ ਯੂ ਰਣਜੀਤ ਕੌਰ ਭਾਬੀ ਵੱਲੋਂ। ਓਏ 65 ਕੁਰਸੀਆਂ ਨਾ ਮਾਰ, ਪਦ ਮਾਰ ਪਦ, ਜਿਹਦਾ ਖੜਕਾ ਹੋਵੇ ਕੰਜਰਾ। ਹਾਂ ਬੇ ਕੀ ਕਹਿੰਦੇ ਤੁਸੀਂ ਮੈਨੂੰ? ਹੈਂ ਭਾਬੀ ਦਾ ਮੂੰਹ ਚੱਪਣ ਕੱਦੂ ਵਰਗਾ, ਚੱਪਣ ਕੱਦੂ ਵਰਗਾ, ਭਾਬੀ ਦੀਆਂ ਗੱਲਾਂ ਨਹੀਂ ਦਿੰਦੀਆਂ ਗੀਆਂ, ਹੈਂ ਗੋਲ ਗੱਪਿਆਂ ਵਰਗੀਆਂ, ਚੱਕਰ ਡੰਡ ਫੜੀ ਆਦੀ।